ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਸੁਪਨੇ ਦੇ ਘਰ ਵਿੱਚ ਆਪਾਂ ਤੁਹਾਨੂੰ ਬੁਲਾਉਂਦੇ ਹਾਂ ਸਾਡੇ ਸੇਵਾਦਾਰਾਂ ਨੂੰ। ਸਾਡੇ ਸੁਪਨੇ ਦੇ ਘਰ ਵਿੱਚ ਇੱਕ ਟੈਂਪਰੇਰੀ ਬੋਰਡ ਆ, ਜਿਹੜੇ ਹਰ 15 ਦਿਨਾਂ ਬਾਅਦ ਕੈਂਪ ਲੱਗਦੇ ਨੇ ਦਵਾਈਆਂ ਦੇ, ਗੁਰੂ ਕੇ ਲੰਗਰਾਂ ਦੇ ਰੂਪ ਚ। ਉਹਦੇ ਵਿੱਚ ਬੰਦਿਆਂ ਨੂੰ ਐਡਮਿਟ ਕਰਦੇ ਆ ਜਿਹੜੇ ਘਰਾਂ ਚ ਬਹੁਤ ਮਾੜੀ ਹਾਲਤ ਸੰਗਰਾਂ ਨਾਲ ਬੰਨੇ ਹੋਏ ਜਾਂ ਕਿਵੇਂ ਏਦਾਂ ਦੀ ਕੰਡੀਸ਼ਨ ਹੁੰਦੇ, ਉਹਨਾਂ ਦੇ ਫਿਰ ਨਾਲ ਰਿਸ਼ਤੇਦਾਰ ਹੁੰਦੇ ਆ, ਜਾਂ ਜਿਹੜੇ ਕਈ ਮੈਂਬਰ ਏਦਾਂ ਦੇ ਜਿਹਨਾਂ ਨੂੰ 2-2 ਮਹੀਨੇ ਹੋ ਗਏ, 4-4 ਮਹੀਨੇ ਹੋ ਗਏ, ਰੱਖਿਆ ਨੂੰ 6-6 ਮਹੀਨੇ ਵੀ ਹੋ ਗਏ ਆ, ਜਿਹੜੇ ਠੀਕ ਨੀ ਹੋ ਪਾ ਰਹੇ ਹਜੇ ਪੂਰਾ, ਤਾਂ ਫਿਰ ਜਦੋਂ ਠੀਕ ਹੁੰਦੇ ਆ ਉਹਨਾਂ ਨੂੰ ਉਸ ਟਾਈਮ ਆਪਾਂ ਘਰ ਭੇਜਦੇ ਹਾਂ। ਹੁਣ ਇਹ ਸਾਰੀਆਂ ਬੀਬੀਆਂ ਭੈਣਾਂ ਸਾਡੀਆਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਨੇ ਦੋਨੋਂ ਬਾਪ ਬੇਟੀ ਆਏ ਹੋਏ ਨੇ ਸਾਡੇ ਕੋਲੇ, ਭੈਣ ਹੁਣ ਅੱਗੇ ਨਾਲੋਂ ਬਹੁਤ ਠੀਕ ਆ, ਬਾਹਰੋਂ ਆਈ ਹੋਈ ਭੈਣ ਇਟਲੀ ਤੋਂ, ਬਹੁਤ ਸਾਲ ਉਹਨੇ ਬਾਹਰ ਲਾਏ ਇਟਲੀ ਚ, ਡਿਪਰੈਸ਼ਨ ਚਲੇ ਗਈ ਉਸ ਤੋਂ ਬਾਅਦ। ਏਦਾਂ ਹੀ ਇਹ ਮਾਵਾਂ ਆਪਣੇ, ਇਹ ਬੇਬੇ ਆਪਣੇ ਪੁੱਤ ਨੂੰ ਲੈ ਕੇ ਆਈ ਹੋਈ ਆ ਯੂਪੀ ਤੋਂ, ਰਾਮਪੁਰ ਤੋਂ ਕਸ਼ਮੀਰ ਨੂੰ, ਕਸ਼ਮੀਰ ਸਿੰਘ ਨੂੰ। ਤੇ ਇੱਥੇ ਹਰ ਕਈ ਮਾਤਾ ਜੀ ਆਪਣੀ ਬੇਟੀ ਨੂੰ ਲੈ ਕੇ ਆਏ ਨੇ, ਤੇ ਇਹ ਮਾਂ ਵੀ ਆਪਣੇ ਪੁੱਤ ਨੂੰ ਲੈ ਕੇ ਆਏ ਹੋਏ ਨੇ, ਉਹ ਬੇਬੇ ਵੀ ਆਪਣੇ ਪੁੱਤ ਨੂੰ ਲੈ ਕੇ ਆਈ ਹੋਈ, ਉਹ ਬੇਬੇ ਪਰੇ ਬੈਠੀ ਉਹ ਵੀ ਆਪਣੇ ਪੁੱਤ ਨੂੰ ਲੈ ਕੇ ਆਈ ਆ, ਇਹ ਮਾਂ ਵੀ ਆਪਣੇ ਪੁੱਤ ਨੂੰ ਲੈ ਕੇ ਆਈ ਆ, ਇਹ ਮਾਂ ਵੀ ਆਪਣੇ ਪੁੱਤ ਨੂੰ ਲੈ ਕੇ ਆਈ ਆ, ਇਹ ਮਾਂ ਆਪਣੀ ਧੀ ਨੂੰ ਲੈ ਕੇ ਆਈ ਆ, ਇਹ ਮਾਂ ਵੀ ਆਪਣੇ ਪੁੱਤ ਨੂੰ ਲੈ ਕੇ ਆਈ ਆ। ਸਤਿ ਸ੍ਰੀ ਅਕਾਲ ਜੀ। ਹੋਰ ਵੀ ਨਰਮਲਾ ਕਿਵੇਂ ਆ? ਇਹ ਬਾਪੂ ਆਪਣੇ, ਸਤਿ ਸ੍ਰੀ ਅਕਾਲ ਬਾਪੂ। ਇਹ ਬਾਪੂ ਦਾ ਬੇਟਾ ਫਿਰੋਜ਼ਪੁਰ ਤੋਂ ਸਾਡੇ ਕੋਲ ਰਹਿੰਦਾ ਸੁਸ਼ੀਲ, ਉਹ ਵੀ ਬਹੁਤ ਮਾੜੀ ਹਾਲਤ ਸੀਗਾ, ਏਦਾਂ ਉਹ ਵੀਰਾ ਪਿੱਛੇ ਬੰਨ ਕੇ ਸਿੰਗਲ ਨਾਲ ਲੈ ਕੇ ਆਉਂਦਾ। ਯਾਨੀ ਕਿ ਇੱਥੇ ਜਿੰਨੇ ਵੀ ਮੈਂਬਰ ਸਾਡੇ ਪਰਿਵਾਰ ਦੇ ਵਿੱਚ ਨੇ, ਹੁਣ ਮਟਰ ਕੱਢ ਰਹੀਆਂ ਬੀਬੀਆਂ ਭੈਣਾਂ ਸਾਡੀਆਂ ਸਾਡੇ ਨਾਲ ਰਲ ਕੇ, ਯਾਨੀ ਕਿ ਇਹ ਸਾਡੇ ਸੇਵਾਦਾਰ ਵੀ ਨੇ, ਸੇਵਾ ਵੀ ਕਰਾਉਂਦੇ ਨੇ ਨਾਲ ਨਾਲ ਆਪਣੇ ਦੁੱਖਾਂ ਤਕਲੀਫਾਂ ਜਿਹੜੀ ਗੱਡੀ ਸਿਰ ਤੇ ਰੱਖੀ ਆ, ਉਹ ਵੀ ਇੱਥੇ ਕਿਤੇ ਨਾ ਕਿਤੇ ਹੌਲਾ ਕਰਕੇ ਜਾਂਦੇ ਆ ਤੁਹਾਡੀਆਂ ਦੁਆਵਾਂ ਅਰਦਾਸਾਂ ਦੇ ਅਸੀਸਾਂ ਨਾਲ, ਉਹ ਤਕਲੀਫਾਂ ਨੂੰ, ਉਹ ਦੁੱਖਾਂ ਨੂੰ ਤੋਂ ਨਿਜਾਤ ਮਿਲਦੀ ਆ, ਤੇ ਇੱਥੋਂ ਖੁਸ਼ ਹੋ ਕੇ ਤੰਦਰੁਸਤ ਹੋ ਕੇ ਜਾਂਦੇ। ਸਤਿ ਸ੍ਰੀ ਅਕਾਲ ਭੈਣ। ਇਹ ਭੈਣ ਇਹਦੀ ਬੇਟੀ ਆ ਨਿੱਕੀ ਜੀ ਨਾਲ, ਇਹ ਦੋਨੋਂ ਮਾਵਾਂ ਧੀਆਂ ਨੂੰ ਇਹਦੇ ਨਾਲ, ਇਹਨਾਂ ਦੇ ਮਦਰ ਆਏ ਨੇ ਲੈ ਕੇ ਆਏ ਨੇ। ਭੈਣ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ, ਸਿਆਣੀ ਧੀ ਆ, ਤੇਰਾ ਨਾਂ ਕੀ ਆ? ਲੀਵਾ। ਲਾਡੋ ਲੀਵਾ ਦਾ ਨਾਂ। ਇੱਧਰ ਹੁਣ ਜੀ ਅਸੀਂ ਆ ਸ਼ੈੱਡ ਹੋਰ ਵਧਾ ਰਹੇ ਆ, ਕਿਉਂਕਿ ਟੈਂਪਰੇਰੀ ਪੇਸ਼ੈਂਟ ਇਸ ਵਾਰ ਸਾਡੇ ਕੋਲੇ ਹੁਣ 102 ਮੈਂਬਰ ਰਹਿ ਰਹੇ ਨੇ ਸਾਡੇ ਕੋਲ। ਹੁਣ ਜਿਵੇਂ ਮਾਤਾ ਆਪਣੇ ਬੇਟੇ ਨੂੰ ਲੈ ਕੇ ਆਏ ਹੋਏ, ਭੈਣ ਜਨਮ ਤੋਂ ਭੈਣ ਆਪਣੇ ਪਤੀ ਨੂੰ ਲੈ ਕੇ ਆਈ ਆ, ਸਿੰਗਲ ਨਾਲ ਬੰਨ ਕੇ ਲੈ ਕੇ ਆਉਣਾ ਪਿਆ। ਇਹ ਅਨਿਲ ਪਾਸਵਾਨ ਆ ਨਾ, ਇਹਦੇ ਸਿਰ ਚ ਅੱਗੇ ਵੀ ਅਸੀਂ ਦੱਸਿਆ ਸੀ, ਦੇਖੋ ਕਿਸੇ ਨੇ ਲੁਟੇਰਿਆਂ ਨੇ ਦਾਤ ਮਾਰੇ ਇਹਦੇ ਸਿਰ ਤੇ, ਉਹ ਇੰਨੇ ਡੂੰਘੇ ਮਾਰੇ ਦਾਤ ਇਹਦੇ ਸਿਰ ਦੇ ਵਿੱਚ, ਇੰਨੀ ਅੰਦਰ ਤੱਕ ਚਲੇ ਗਏ, ਇਹਦੀ ਯਾਦਾਸ਼ ਚਲੇ ਗਈ, ਭੁੱਲ ਜਾਂਦਾ, ਆਪਣੇ ਘਰੇ ਕੁੱਟਮਾਰ ਕਰਨ ਲੱਗ ਜਾਂਦਾ, ਭੰਨ ਤੋੜ ਕਰਨ ਲੱਗ ਜਾਂਦਾ। ਵਧੀਆ ਕੰਮ ਕਰਦਾ ਸੀ ਮੁੰਡਾ, ਓਵਰਲੋਕ ਦਾ ਟੀ ਸ਼ਰਟਾਂ ਬਣਾਉਂਦਾ ਸੀ। ਲੁਟੇਰਿਆਂ ਨੇ ਫੋਨ ਲੁੱਟਣ ਲਈ ਤੇ 5-4 ਹਜ਼ਾਰ ਰੁਪਈਆ ਲੁੱਟਣ ਲਈ ਇਹ ਤੋਂ ਇਹਨੂੰ ਅਪਾਹਜ ਕਰਤਾ ਵਿਚਾਰੇ।
ਏਦਾਂ ਹੀ ਇੱਥੇ ਜਿੰਨੇ ਵੀ ਮੈਂਬਰ ਤੁਸੀਂ ਦੇਖੋਗੇ ਸਾਡੇ, ਉਹ ਵੀਰਾ ਬੈਠੇ ਮੁੰਡੀ ਸਾਹਿਬ, ਉਹ ਵੀ ਬਹੁਤ ਡਿਪਰੈਸ਼ਨ ਸੀ। ਇਹ ਵੀਰੇ ਨੂੰ ਵੀ ਬਹੁਤ ਬੁਰੇ ਹਾਲਤ ਦੇ ਵਿੱਚ ਲੈ ਕੇ ਆਏ ਨੇ। ਇਹ ਭੈਣ ਪਈ ਹੈ, ਇਹ ਵੀ ਬਹੁਤ ਅਪਸੈਟ ਸੀਗੀ ਭੈਣ, ਸੋਨੂੰ ਵੀਰਾ, ਇਹਨੂੰ ਵੀ ਲੈ ਕੇ ਆਏ ਕਿਵੇਂ ਮਨ ਸੁਣ ਕੇ ਇੱਥੇ। ਉਹ ਵੀਰਾ ਬੈਠਾ ਵਾ, ਉਹ ਵੀ ਏਦਾਂ ਹੀ ਆ, ਹਨਾ। ਸਾਰੇ ਇਹ ਸਾਡੇ ਜਿਹੜੇ ਮੈਂਬਰ ਨੇ ਸੁਪਨਿਆਂ ਦੇ ਘਰ ਦੇ, ਇਹ ਟੈਂਪਰੇਰੀ ਵਾਰਡ ਦੇ ਮੈਂਬਰ ਨੇ। ਇਹਨਾਂ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਜ਼ਿੰਦਗੀਆਂ 'ਚ ਖੁਸ਼ੀਆਂ ਭਰਨ, ਤੰਦਰੁਸਤੀਆਂ ਭਰਨ। ਇਹ ਬਾਪੂ ਰਾਜੂ ਹੈ, ਰਾਜਕੁਮਾਰ ਇਹਦਾ ਨਾਂ। ਇਹ ਬਾਪੂ ਸਾਡੇ ਕੋਲ ਜਦੋਂ ਆਇਆ ਸੀ ਨਾ, ਇੱਥੇ ਖੜ੍ਹ ਜਾ ਲੀਜ਼ਾ, ਖੜ੍ਹ ਜਾ। ਇਹ ਜਦੋਂ ਆਇਆ ਸੀ ਬਾਪੂ, ਇਹਦੇ ਮੂੰਹ ਦੇ ਵਿੱਚ ਸਾਰੇ ਜ਼ਖਮ ਆ, ਬਹੁਤ ਵੱਡਾ ਕੈਂਸਰ ਹੋਇਆ ਹੋਇਆ ਬਾਪੂ ਨੇ। ਬਾਪੂ ਨੇ ਸਾਰੀ ਜ਼ਿੰਦਗੀ ਕੰਮ ਕੀਤਾ, ਤੇ ਹੁਣ ਜਦੋਂ ਆਹ ਪ੍ਰੋਬਲਮ ਆ ਗਈ, ਜਿਨ੍ਹਾਂ ਦੇ ਨਾਲ ਸੀਗਾ ਉਹਨਾਂ ਨੇ ਵੀ ਜਵਾਬ ਦਿੱਤਾ। ਆਪਣੇ ਤਾਂ ਤੁਹਾਨੂੰ ਪਤਾ ਹੀ ਆ, ਜਿਹੜਾ ਖੜਦਾ ਨਾਲ ਕੋਈ ਨੀ ਸਾਥ ਦਿੰਦਾ ਹਨਾ, ਜਦੋਂ ਸਮਾਂ ਵਕਤ ਮਾੜਾ ਆਉਂਦਾ। ਤੇ ਹੁਣ ਸਮੱਸਿਆ ਵੱਧਦੀ ਜਾ ਰਹੀ ਆ ਦਿਨੋ ਦਿਨ ਫੇਸ ਦੇ ਵਿੱਚ। ਵੈਸੇ ਬਾਪੂ ਜੇ ਗੱਲ ਕਰੀਏ, ਇਹ ਸ਼ੈੱਡ ਥੋੜਾ ਹੋਰ ਵੱਡਾ ਕਰਨ ਲੱਗੇ ਆ। ਬੇਨਤੀ ਕਰੀ ਸੀ ਵੀਰਾਂ ਨੂੰ, ਕਹਿੰਦੇ ਸਮਾਨ ਤਾਂ ਬੜੀ ਵੱਡੀ ਸਮੱਸਿਆ ਵਾ। ਸਾਡੀ ਬੇਨਤੀ ਆ ਵੀ ਜੇ ਕੋਈ ਭੈਣ ਭਰਾ ਵੀਰ ਸਾਡੇ ਹੈਗੇ ਨੇ, ਬਿਲਡਿੰਗ ਦਾ ਕੰਮ ਕਰਦੇ ਨੇ, ਉਹ ਆ ਕੇ ਸਾਡੇ ਨਾਲ ਸਾਡਾ ਸਾਥ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।